ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਮੈਂ ਤੁਹਾਨੂੰ ਹਾਕਾ ਨੂਡਲਸ ਦੱਸਣ ਲੱਗੀ ਹਾਂ। ਸਭ ਤੋਂ ਪਹਿਲਾਂ ਪਾਣੀ ਗਰਮ ਕਰਕੇ ਉਹਦੇ ਵਿੱਚ ਇੱਕ ਭਰ ਕੇ ਚਮਚ ਨਮਕ ਪਾ ਲਓ ਅਤੇ ਵਿੱਚ ਇੱਕ ਚਮਚ ਰਿਫਾਇੰਡ ਪਾ ਲਓ ਅਤੇ ਹਾਕਾ ਨੂਡਲਸ ਪਾ ਕੇ ਅਤੇ ਉਹਨਾਂ ਨੂੰ ਬੋਇਲ ਕਰ ਲਓ। ਇੱਕ ਸਾਈਡ 'ਤੇ ਤੁਸੀਂ ਸ਼ਿਮਲਾ ਮਿਰਚ ਕੱਟ ਲਓ, ਗਾਜਰਾਂ ਕੱਟ ਲਓ ਅਤੇ ਪਿਆਜ਼ ਕੱਟ ਲਓ। ਅਤੇ ਜਿਹੜਾ ਪਿਆਜ਼ ਕੱਟਣਾ ਆ ਉਹਨੂੰ ਤੁਸੀਂ ਲੰਬਾ ਲੰਬਾ ਕੱਟ ਲਓ। ਅਤੇ ਜਿਹੜੇ ਬੋਇਲ ਹੋ ਗਏ ਹੋਣਗੇ ਹਾਕਾ ਨੂਡਲਸ, ਉਹਨਾਂ ਨੂੰ ਫੜ ਕੇ ਛਾਣ ਲਓ। ਫਿਰ ਥੋੜ੍ਹੀ ਠੰਡਾ ਪਾਣੀ ਪਾ ਕੇ ਉਹਨਾਂ ਨੂੰ ਠੰਡਾ ਕਰ ਲਓ, ਕਿਉਂਕਿ ਉਹਨਾਂ ਦੀ ਕੁਕਿੰਗ ਬੰਦ ਹੋਣੀ ਚਾਹੀਦੀ, ਨਹੀਂ ਤਾਂ ਉਹ ਜ਼ਿਆਦਾ ਗਲ ਜਾਣਗੇ। ਅਤੇ ਇਸ ਕਰਕੇ ਉਹਨਾਂ ਨੂੰ ਠੰਡਾ ਪਾਣੀ ਪਾ ਕੇ ਅਤੇ ਉਹਨਾਂ ਨੂੰ ਸਾਈਡ 'ਤੇ ਰੱਖ ਦਿਉ। ਫਿਰ ਇੱਕ ਚਮਚ ਰਿਫਾਇੰਡ ਦਾ ਪਾ ਕੇ ਅਤੇ ਉਹਨਾਂ ਨੂੰ ਸਾਰਿਆਂ ਨੂੰ ਮਿਕਸ ਕਰ ਦਿਉ ਅਤੇ ਸਾਰੇ ਨੂਡਲਸ ਦੇ ਉੱਪਰ ਰਿਫਾਇੰਡ ਲੱਗ ਜਾਏਗਾ ਅਤੇ ਚਿਪਕਣ ਨਾ ਆਪਸ ਦੇ ਵਿੱਚ। ਅਤੇ ਇਹਨਾਂ ਨੂੰ ਸਾਈਡ 'ਤੇ ਰੱਖ ਕੇ ਫਿਰ ਤੁਸੀਂ ਕੜਾਹੀ ਦੇ ਵਿੱਚ ਗਰਮ ਤੇਲ ਕਰ ਲਓ ਅਤੇ ਤੇਲ ਨੂੰ ਚੰਗੀ ਤਰ੍ਹਾਂ ਸਾਰੇ ਸਾਈਡ 'ਤੇ ਲਗਾ ਦਿਓ। ਪਿਆਜ਼ ਪਾ ਦਿਓ, ਪਿਆਜ਼ ਪਾ ਕੇ ਚੰਗੀ ਤਰ੍ਹਾਂ ਉਹਨਾਂ ਨੂੰ ਭੁੰਨ ਲਓ ਅਤੇ ਜ਼ਿਆਦਾ ਗੋਲਡਨ ਬਰਾਊਨ ਨਹੀਂ ਕਰਨੀ, ਪਰ ਫੁੱਲ ਸੇਕ ਦੇ ਉੱਪਰ ਹੀ ਇਹਨਾਂ ਨੂੰ ਕਰੋ ਕਿ ਇਹਨਾਂ ਦਾ ਕੱਚਾਪਣ ਨਿਕਲ ਜਾਵੇ। ਹੁਣ ਇਹਦੇ ਵਿੱਚ ਗਾਜਰ ਪਾ ਦਿਓ ਅਤੇ ਗਾਜਰ ਪਾ ਕੇ ਚੰਗੀ ਤਰ੍ਹਾਂ ਪਿਆਜ਼ ਦੇ ਨਾਲ ਹੀ ਇਹਨੂੰ ਵੀ ਚੰਗੀ ਤਰ੍ਹਾਂ ਭੁੰਨ ਲਓ ਅਤੇ ਇਹਦਾ ਸੇਕ ਘੱਟ ਨਾ ਕਰੋ, ਕਿਉਂਕਿ ਜੇ ਘੱਟ ਕਰ ਦਿੱਤਾ ਤਾਂ ਇਹਨਾਂ ਨੂੰ ਪਾਣੀ ਛੱਡ ਦੇਣਾ। ਇਸ ਕਰਕੇ ਇਹਨਾਂ ਨੂੰ ਫੁੱਲ ਸੇਕ ਦੇ ਉੱਤੇ ਹੀ ਫਰਾਈ ਕਰੋ, ਪਰ ਇਹਨਾਂ ਦਾ ਕਲਰ ਚੇਂਜ ਨਹੀਂ ਹੋਣ ਦੇਣਾ, ਕਿਉਂਕਿ ਪਿਆਜ਼ ਜਲਣਾ ਨਹੀਂ ਚਾਹੀਦਾ ਅਤੇ ਇਹਨੂੰ ਜਲਦੀ ਜਲਦੀ ਬਸ ਹਿਲਾਈ ਜਾਓ। ਅਤੇ ਜਿਹੜੀ ਗਾਜਰ ਆ ਉਹ ਵੀ ਇਹਦੇ ਨਾਲ ਪੱਕ ਜਾਏਗੀ, ਸ਼ਿਮਲਾ ਮਿਰਚ ਨੂੰ ਥੋੜ੍ਹਾ ਜਲਦੀ ਬਣ ਜਾਂਦੀ, ਇਸ ਕਰਕੇ ਉਹਨੂੰ ਬਾਅਦ ਵਿੱਚ ਪਾਉਣੀ ਹੈ। ਪਹਿਲਾਂ ਆਪਾਂ ਗਾਜਰ ਨੂੰ ਅਤੇ ਪਿਆਜ਼ ਨੂੰ ਹੀ ਕਰਨਾ ਆ, ਕਿਉਂਕਿ ਉਹਨੂੰ ਥੋੜ੍ਹਾ ਟਾਈਮ ਲੱਗਦਾ। ਅਤੇ ਇਹ ਤੋਂ ਬਾਅਦ ਵਿੱਚ ਗਾਜਰ ਪਾ ਦਿਓ, ਆਪਣੀ ਸ਼ਿਮਲਾ ਮਿਰਚ ਪਾ ਦਿਓ ਅਤੇ ਸ਼ਿਮਲਾ ਮਿਰਚ ਪਾ ਕੇ ਵੀ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹਿਲਾਈ ਦਿਓ। ਰੱਖੋ ਇਹਦਾ ਫੁੱਲ ਸੇਕ, ਕਿਉਂਕਿ ਜੇ ਤੁਸੀਂ ਇਹਨੂੰ ਨਹੀਂ ਕੀਤਾ ਫੁੱਲ ਸੇਕ ਘੱਟ ਸੇਕ ਕਰਤਾ ਅਤੇ ਇਹਨਾਂ ਨੂੰ ਸ਼ਿਮਲਾ ਮਿਰਚ ਨੇ ਸਾਰੀਆਂ ਸਬਜ਼ੀਆਂ ਨੇ ਪਾਣੀ ਛੱਡ ਦੇਣਾ ਅਤੇ ਸਾਰੇ ਸੌਗੀ ਸੌਗੀ ਹੋ ਜਾਣਾ। ਅਤੇ ਇਸ ਕਰਕੇ ਇਹਨਾਂ ਨੂੰ ਫੁੱਲ ਸੇਕ 'ਤੇ ਹੀ ਫਰਾਈ ਕਰਨਾ ਆ। ਅਤੇ ਜਦੋਂ ਇਹ ਚੰਗੀ ਤਰ੍ਹਾਂ ਫਰਾਈ ਹੋ ਜਾਣ, ਦੇਖੋ ਹੁਣ ਇਹਨਾਂ ਦੇ ਕਲਰ ਵੀ ਸੇਮ ਕਲਰ ਆ, ਪਰ ਇਹ ਵਧੀਆ ਹੋ ਗਿਆ ਵਾ। ਮੇਰੇ 'ਚ ਹੱਥਾਂ ਨੂਡਲਸ ਪਾ ਦਿਓ। ਹੁਣ ਇਹਦੇ ਵਿੱਚ ਇੱਕ ਚਮਚ ਸੌਸ ਅਤੇ ਇੱਕ ਚਮਚ ਵਿਨੇਗਰ, ਵਾਈਟ ਵਿਨੇਗਰ ਜਿਹੜਾ ਵਾ, ਇੱਕ ਚਮਚ ਉਹ ਪਾ ਦਿਓ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ। ਜਦੋਂ ਇਹ ਮਿਕਸ ਹੁੰਦੇ ਆ ਬਹੁਤ ਵਧੀਆ ਇਹਨਾਂ ਦਾ ਕਲਰ ਬਣ ਜਾਂਦਾ ਵਾ। ਅਤੇ ਇਸ ਤੋਂ ਬਾਅਦ ਵਿੱਚ ਇੱਕ ਚਮਚ ਆਪਣੇ ਕੈਚਪ ਡਾਲ ਦਿਓ ਅਤੇ ਕੈਚਪ ਪਾ ਕੇ ਅਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਿਓ। ਬਹੁਤ ਟੇਸਟੀ ਹਾਕਾ ਨੂਡਲਸ ਤਿਆਰ ਹੁੰਦੇ ਆ। ਅਤੇ ਘਰ ਹੀ ਤੁਸੀਂ 10 ਮਿੰਟ ਦੇ ਵਿੱਚ, 5-10 ਮਿੰਟ ਦੇ ਵਿੱਚ ਤੁਸੀਂ ਤਿਆਰ ਕਰਕੇ ਰੱਖ ਹੁੰਦੇ ਆ ਅਤੇ ਬਹੁਤ ਜ਼ਿਆਦਾ ਸਵਾਦ ਬਣਦੇ ਆ ਅਤੇ ਨਾਲੇ ਹਾਈਜੀਨਿਕ ਆ ਅਤੇ ਨਾਲੇ ਅਤੇ ਵਧੀਆ ਟੇਸਟੀ ਵੀ ਬਣਦੇ ਆ। ਅਤੇ ਇਸ ਤਰੀਕੇ ਨਾਲ ਤੁਸੀਂ ਆਪਣਾ ਇੰਜੋਏ ਕਰੋ।